केजरीवाल साहब कहिंदा 20,000 करोड़ रेते चो कढूं। जदों भगवंत सिंह मान ओपोजिशन सी जां अरविंद केजरीवाल लगातार पंजाब दे माइनिंग दे उत्ते बहुत वड्डियां टिप्पणियां कीतियां। सत्ता का सुख मानते रहे ये लोग चुप करके बैठे रहे और ये सारिया दे विच सिद्धू भी भागीदार उन्ना ही है जिन्ना चन्नी आ जिन्ना खैरा। जिस गैर कानूनी माइनिंग खिलाफ प्रचार करके आम आदमी पार्टी ने पंजाब च सत्ता बनाई हुण उसे मुद्दे नूं विरोधी हथियार बना के मान सरकार दे दुआले हो गए ने। सवाल यह पूछे जा रहे ने कि आम आदमी पार्टी ने चोणां तों पहलां जो दावे कीते सन कि ओह हुण हवा हवाई हो गए ने। कांग्रेस दे साबका सूबा प्रधान नवजोत सिद्धू ने तो केजरीवाल नूं माइनिंग जरिए 20,000 करोड़ रुपए वाला बयान भी याद करवाया। ਕਿਹੜੀ ਰੇਤਾ ਜਿਹੜਾ ਪੀਲਾ ਰੇਤਾ ਹੁੰਦਾ ਕਿ ਜੋ ਉਹਨੂੰ ਪੱਥਰ ਸੈਂਡ ਕਹਿੰਦੇ ਆ, ਠੀਕ ਹੈ। ਇਹ ਕਿਹੜੀ ਰੇਤਾ? ਮੁਹਿੰਮ ਰੇਤਾ, ਦਰਿਆਈ ਰੇਤਾ। ਇਹ ਅੱਜ ਤੋਂ ਮਹੀਨਾ ਪਹਿਲਾਂ 1600 ਰੁਪਏ ਸੈਂਕੜਾ, ਕਿਉਂ ਬਈ 1500-1600 ਰੁਪਏ ਸੈਂਕੜਾ ਇੱਕ ਸੈਂਕੜੇ ਦਾ ਰੇਟ ਸੀ ਮਹੀਨਾ ਪਹਿਲਾਂ। ਅੱਜ ਕਿੰਨਾ ਹੈ? ਇਹਦਾ 3200। ਚੱਕ 3200 ਡਬਲ ਹੋ ਗਿਆ। ਨੰਬਰ 2, ਜਦੋਂ ਇਹ ਡਬਲ ਹੁੰਦਾ ਹੈ ਕੀਮਤਾਂ ਇੰਨੀਆਂ ਵੱਧਦੀਆਂ ਨੇ ਕੋਈ ਲੈਂਦਾ ਨਹੀਂ। ਕੰਮ ਬੰਦ ਪਏ ਆ, ਕੰਸਟਰਕਸ਼ਨ ਖਤਮ ਹੋ ਜਾਂਦੀ ਹੈ। 100+ ਰੇੜੀ ਭਰੀ ਪਈ ਸਭ ਬੰਦ ਆ ਬੰਦ ਪਿਆ, ਕੋਈ ਖਰੀਦਦਾ ਨਹੀਂ। ਸਿੱਧੂ ਸਾਹਿਬ ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਨਾੜੀਆਂ ਨੂੰ ਕੁਝ ਨਹੀਂ ਪਤਾ। ਮੈਂ ਪਹਿਲੇ ਦਿਨ ਦਾ ਕਹਿੰਦਾ ਸੀਗਾ ਪਾਲਿਸੀ ਉਹ ਬਣਾਓ ਜਿਹਨੂੰ ਤੁਸੀਂ ਪਹਿਲੇ ਦਿਨ ਤੋਂ ਇੰਪਲੀਮੈਂਟ ਕਰ ਸਕੋ। ਇੰਪਲੀਮੈਂਟ ਕਿੱਦਾਂ ਹੋਣੀ ਹੈ? ਰੇਟ ਕਿਵੇਂ ਵੱਧ ਗਏ ਭਾਈ? ਰੇਟ ਸਪਲਾਈ ਬੰਦ ਹੋ ਗਈ ਜਦੋਂ ਤੁਸੀਂ ਠੇਕੇ ਦਿੱਤੇ ਹੋਏ ਨੇ। ਇਹ ਠੇਕੇਦਾਰੀ ਸਿਸਟਮ ਨੇ ਮਾਰਿਆ ਸਾਰਾ ਕੁਝ। ਉਹ ਕੇਜਰੀਵਾਲ ਸਾਹਿਬ ਕਹਿੰਦਾ 20,000 ਕਰੋੜ ਰੇਤੇ ਚੋਂ ਕੱਢੂ। ਸਿੱਧੂ ਦੀ ਤਰਸ ਤੇ ਹੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਸਭ ਤੋਂ ਵੱਧ ਮਾਈਨਿੰਗ ਰੋਪੜ ਜ਼ਿਲ੍ਹੇ 'ਚ ਹੀ ਹੁੰਦੀ ਹੈ ਜੋ ਸ਼ਰੇਆਮ ਗੈਰ ਕਾਨੂੰਨੀ ਹੈ। ਇਸ ਲਈ ਖਹਿਰਾ ਨੇ ਮੌਜੂਦਾ ਮਾਈਨਿੰਗ ਮੰਤਰੀ ਨੂੰ ਆਪਣੇ ਇਲਾਕੇ 'ਚ ਪਹਿਲਾਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਨ ਦੀ ਚੁਣੌਤੀ ਵੀ ਦਿੱਤੀ ਹੈ। ਜਦੋਂ ਭਗਵੰਤ ਸਿੰਘ ਮਾਨ ਓਪੋਜੀਸ਼ਨ ਸੀ ਜਾਂ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੇ ਮਾਈਨਿੰਗ ਦੇ ਉੱਤੇ ਬਹੁਤ ਵੱਡੀਆਂ ਟਿੱਪਣੀਆਂ ਕੀਤੀਆਂ, ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਪਿੱਛੇ ਕਿਸੇ ਪ੍ਰੈਸ ਮੀਟ ਦੇ ਉੱਤੇ ਕੇਜਰੀਵਾਲ ਨੇ ਸਪੈਸੀਫਿਕਲੀ ਜਦੋਂ ਆਪਣੀ ਗਾਰੰਟੀਜ਼ ਦੀ ਗੱਲ ਕੀਤੀ ਕਿ ਸ਼ਾਇਦ 4 ਗਾਰੰਟੀਜ਼ ਉਹਨਾਂ ਨੇ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ, ਤਾਂ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਇਹਨਾਂ ਗਾਰੰਟੀਜ਼ ਵਾਸਤੇ ਪੈਸਾ ਕਿੱਥੋਂ ਲੈ ਕੇ ਆਓਗੇ। ਤਾਂ ਉਹਨਾਂ ਨੇ 2 ਸੋਰਸਿਸ ਆਫ ਰੈਵਨਿਊ ਆਪਣੇ ਗਿਣਾਏ। ਉਹਦੇ 'ਚ ਪਹਿਲਾ ਸੀਗਾ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਪੰਜਾਬ ਦੇ ਵਿੱਚ, ਇਹਦੇ 'ਚ ਅਸੀਂ 20,000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਵਿੱਚ ਭਰਾਂਗੇ, ਕਿਉਂਕਿ ਉਹਨਾਂ ਦੇ ਹਿਸਾਬ ਦੇ ਨਾਲ 20,000 ਕਰੋੜ ਰੁਪਏ ਦੀ ਐਨੂਅਲ ਮਾਈਨਿੰਗ ਵਿੱਚ ਲੁੱਟ ਹੋ ਰਹੀ ਸੀਗੀ। ਬੜੇ ਅਰਸੇ ਤੋਂ ਸਾਡੇ ਖੱਡਾਂ ਦੀ ਦੂਜੀ ਤੀਜੀ ਬਹੁਤ ਲੁੱਟ ਹੋਈ ਹੈ। ਐਂਡ ਵਨ ਆਫਿਸਰ ਟੋਲਡ ਮੀ ਦੈਟ ਪਰਟੀਕੁਲਰਲੀ ਦਿਸ ਰੋਪੜ ਡਿਸਟ੍ਰਿਕਟ, ਜਿੱਥੋਂ ਹੁਣ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦਾ ਮਿਨਿਸਟਰ ਬਣਿਆ ਹਰਜੋਤ ਬੈਂਸ, ਉਹ ਕਹਿੰਦੇ ਕਿ ਰੋਪੜ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਹੈਵੀ ਮਾਈਨਿੰਗ, ਹੈਵੀ ਮੈਟਲ ਮਾਈਨਿੰਗ ਤਾਂ ਅਲਾਊਡ ਹੀ ਨਹੀਂ, ਪਰ ਸਭ ਤੋਂ ਜ਼ਿਆਦਾ ਕ੍ਰਸ਼ਰਜ਼ ਉਹ ਸਾਰੇ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਲੱਗੇ ਹੋਏ ਨੇ। ਤੋ ਕ੍ਰਸ਼ਰਜ਼ ਦੀ ਜਿਹੜੀ ਸਾਰੀ ਇੰਡਸਟਰੀ ਉਹ ਸਰਵਾਈਵ ਹੀ ਤਾਂ ਕਰੇਗੀ ਜੇ ਹੈਵੀ ਮੈਟਲਸ, ਹੈਵੀ ਮਾਈਨਿੰਗ ਹੋਵੇਗੀ ਜਿਹੜੀ ਕਿ ਅਲਾਊਡ ਨਹੀਂ ਹੈ ਸਰਕਾਰ ਵੱਲੋਂ। ਸੋ ਨਾ ਇਹ ਬੜਾ ਵੱਡਾ ਇਮਤਿਹਾਨ ਆ ਉਸ ਨਵੇਂ ਮਿਨਿਸਟਰ ਦਾ ਵੀ ਆ, ਨਵੇਂ ਸਰਕਾਰ ਦਾ ਵੀ ਆ, ਕਿ ਕੀ ਉਹ ਇਸ ਆਪਣੇ ਹੀ ਜ਼ਿਲ੍ਹੇ ਦੇ ਵਿੱਚ, ਬਾਕੀ ਤਾਂ ਪੰਜਾਬ ਛੱਡ ਦਿੰਦੇ ਹਲੇ, ਕੀ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਮਾਈਨਿੰਗ ਨੂੰ ਗੈਰ ਕਾਨੂੰਨੀ ਨੂੰ ਰੋਕ ਸਕਣਗੇ। ਵਿਰੋਧੀ ਭਾਵੇਂ ਹਮਲਾਵਰ ਨੇ ਪਰ ਸਰਕਾਰ ਆਪਣੇ ਦਾਅਵਿਆਂ ਵਾਅਦਿਆਂ ਤੇ ਬਜਦ ਹੈ। ਦਾਮੇ ਹੋ ਭਰਿਆ ਜਾ ਰਿਹਾ ਕਿ ਹਰ ਹਾਲ 'ਚ ਪੰਜਾਬ 'ਚ ਮਾਈਨਿੰਗ ਮਾਫੀਆ ਤੇ ਨਕੇਲ ਕਸੀ ਜਾਵੇ। ਇਹ ਸੱਤਾ ਦਾ ਸੁੱਖ ਮਾਣਦੇ ਰਹੇ ਆ, ਇਹ ਲੋਕ ਚੁੱਪ ਕਰਕੇ ਬੈਠੇ ਰਹੇ ਆ ਔਰ ਇਹ ਸਾਰੀਆਂ ਦੇ ਵਿੱਚ ਸਿੱਧੂ ਵੀ ਭਾਗੀਦਾਰ ਉਨਾ ਹੀ ਆ ਜਿੰਨਾ ਚੰਨੀ ਆ ਜਿੰਨਾ ਖਹਿਰਾ। ਹਰ ਬੰਦੇ ਸਾਰੀ ਜਿਹੜੀ ਅਲੀ ਬਾਬਾ 40 ਚੋਰਾਂ ਦੀ ਜਿਹੜੀ ਜੁੰਡਲੀ ਆ ਇਹ ਕਾਂਗਰਸੀਆਂ ਦੀ ਇਕੱਠੀ ਸੀ, ਤਾਂ ਲੋਕਾਂ ਨੇ ਚੱਕ ਕੇ ਇਹਨਾਂ ਨੂੰ ਬਾਹਰ ਮਾਰਿਆ ਸੱਤਾ ਤੋਂ। ਸਾਡੀ ਸਰਕਾਰ ਕਾਰਵਾਈ ਕਰ ਰਹੀ ਹੈ, ਕਾਰਵਾਈ ਕੀਤੀ ਹੈ, ਤਾਂ ਹੀ ਅੱਜ ਸਾਰੀਆਂ ਮਾਈਨਿੰਗਸ ਬੰਦ ਨੇ। ਉਹਦੇ ਤੇ ਪ੍ਰੋਪਰ ਪਾਲਿਸੀ ਬਣੂਗੀ, ਪਾਲਿਸੀ ਆਉਣ ਤੋਂ ਬਾਅਦ ਦੁਬਾਰਾ ਤੋਂ ਸਾਰਾ ਕੰਮ ਸ਼ੁਰੂ ਹੋਊਗਾ। ਗੈਰ ਕਾਨੂੰਨੀ ਮਾਈਨਿੰਗ ਨੂੰ ਹੀ ਮੁੱਦਾ ਬਣਾ ਕੇ ਆਪ ਨੇ ਚੋਣਾਂ ਦੌਰਾਨ ਪ੍ਰਚਾਰ ਕੀਤਾ ਸੀ। ਚੋਣਾਂ ਤੋਂ ਪਹਿਲਾਂ ਮਾਈਨਿੰਗ ਕੇਸ 'ਚ ਹੀ ਸਾਬਕਾ ਮੁੱਖ ਮੰਤਰੀ ਚੰਨੀ ਦੇ ਭਾਂਜੇ ਦਾ ਨਾਮ ਆਇਆ, ਕਰੋੜਾਂ ਦੀ ਨਕਦੀ ਬਰਾਮਦ ਹੋਈ ਤੇ ਫਿਰ ਗ੍ਰਿਫਤਾਰੀ। ਖੁਦ ਚੰਨੀ ਤੇ ਵੀ ਗੈਰ ਕਾਨੂੰਨੀ ਮਾਈਨਿੰਗ ਨੂੰ ਸ਼ਹਿ ਦੇਣ ਦੇ ਇਲਜ਼ਾਮ ਲੱਗੇ। ਇਨ੍ਹਾਂ ਗੈਰ ਕਾਨੂੰਨੀ ਮਾਈਨਿੰਗ ਦੇ ਇਲਜ਼ਾਮਾਂ ਕਾਰਨ ਹੀ ਚੰਨੀ ਨੂੰ 2 ਸੀਟਾਂ ਤੋਂ ਹਾਰ ਦਾ ਮੂੰਹ ਵੇਖਣਾ ਪਿਆ। ਖੈਰ ਹੁਣ ਵਿਰੋਧੀ ਇਸੇ ਮਾਈਨਿੰਗ ਨੂੰ ਲੈ ਕੇ ਆਪ ਸਰਕਾਰ ਦੇ ਦੁਆਲੇ ਹੋ ਗਏ ਨੇ। ਇਸ ਲਈ ਸਵਾਲ ਹੋਣੇ ਲਾਜ਼ਮੀ ਵੀ ਨੇ ਕਿ ਕੀ ਮਾਨ ਸਰਕਾਰ ਪੰਜਾਬ 'ਚ ਮਾਈਨਿੰਗ ਮਾਫੀਆ ਤੇ ਨਕੇਲ ਕਰ ਸਕੇਗੀ, ਕਿਉਂਕਿ ਮਾਈਨਿੰਗ ਪੰਜਾਬ ਦਾ ਵੱਡਾ ਮੁੱਦਾ ਹੈ ਜਿਸ ਨੂੰ ਚੋਣ ਮੁੱਦਾ ਬਣਾ ਕੇ ਹੀ ਆਮ ਆਦਮੀ ਪਾਰਟੀ ਪੰਜਾਬ 'ਚ ਸੱਤਾ ਦੇ ਸਿਖਰ ਤੇ ਪਹੁੰਚੀ ਹੈ।